ਅੱਜ ਭਾਜਪਾ ਆਗੂ ਤੇ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਨੂੰ ਮਨਾਉਣ ਲਈ ਪੰਜਾਬ ਭਾਜਪਾ ਇੰਚਾਰਜ ਵਿਜੇ ਰੂਪਾਨੀ ਅਤੇ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਪਹੁੰਚੇ। ਮੀਟਿੰਗ ਸਮਾਪਤ ਹੋਣ ਤੋਂ ਬਾਅਦ ਵਿਜੇ ਸਾਂਪਲਾ ਨੇ ਕਿਹਾ ਕਿ ਮੈਂ ਭਾਜਪਾ ਦਾ ਸੱਚਾ ਸਿਪਾਹੀ ਹਾਂ ਅਤੇ ਭਾਜਪਾ ਵਿੱਚ ਹੀ ਰਹਾਂਗਾ। ਅਨੰਦਪੁਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਾਲਵਿੰਦਰ ਕੰਗ ਨੇ ਸੁਨੀਤਾ ਕੇਜਰੀਵਾਲ ਦੇ ਨਾਲ ਮੁਲਾਕਾਤ ਕੀਤੀ। ਮੀਟਿੰਗ ਵਿੱਚ ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਦੇ ਅਧਿਕਾਰੀ, ਪੰਜਾਬ ਆਮ ਆਦਮੀ ਪਾਰਟੀ ਦੇ ਇੰਚਾਰਜ ਜਰਨੈਲ ਸਿੰਘ ਅਤੇ ਡਿਪਟੀ ਸਪੀਕਰ ਜੈ ਕਿਸ਼ਨ ਅਰੋੜੀ ਵੀ ਮੌਜੂਦ ਰਹੇ। ਬਠਿੰਡਾ ਲੋਕ ਸਭਾ ਤੋਂ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਸਿੱਧੂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਸਕਦੇ ਨੇ। ਸੂਤਰਾਂ ਦੇ ਹਵਾਲੇ ਤੋਂ ਖਬਰ ਇਹ ਹੈ ਕਿ ਸਿੱਧੂ ਦੇ ਪਿਤਾ ਨੇ ਨਾਮਜ਼ਦਗੀ ਦੇ ਲਈ ਫਾਈਲ ਵੀ ਤਿਆਰ ਕਰ ਲਈ ਹੈ। ਜੇਕਰ ਬਲਕੌਰ ਸਿੰਘ ਮੈਦਾਨ ਦੇ ਵਿੱਚ ਉਤਰਦੇ ਨੇ ਤਾਂ ਬਠਿੰਡਾ ਲੋਕ ਸਭਾ ਸੀਟ 'ਤੇ ਸਮੀਕਰਨ ਬਦਲ ਜਾਣਗੇ। ਪੰਜਾਬ ਪੁਲਿਸ ਦੇ ਸੀਨੀਅਰ IPS ਅਧਿਕਾਰੀ ADGP ਕਾਨੂੰਨ ਤੇ ਵਿਵਸਥਾ ਗੁਰਵਿੰਦਰ ਸਿੰਘ ਢਿੱਲੋਂ ਨੇ ਸੇਵਾ ਮੁਕਤੀ ਦੇ ਸਮੇਂ ਤੋਂ ਪਹਿਲਾਂ ਹੀ ਨੌਕਰੀ ਛੱਡ ਦਿੱਤੀ ਹੈ। ਉਹਨਾਂ ਨੇ ਪੁਲਿਸ ਵਿਭਾਗ ਵਿੱਚ 30 ਸਾਲ ਦੀ ਸਰਵਿਸ ਕੀਤੀ। ਉਧਰ ਚਰਚਾ ਇਹ ਵੀ ਹੈ ਕਿ ADGP ਗੁਰਵਿੰਦਰ ਸਿੰਘ ਢਿੱਲੋਂ ਕੋਈ ਰਾਜਨੀਤਿਕ ਪਾਰਟੀ ਜੁਆਇਨ ਕਰ ਸਕਦੇ ਨੇ। ਫਰੀਦਕੋਟ ਦੇ GGS ਮੈਡੀਕਲ ਇੰਟਰਨਸ਼ਿਪ ਕਰ ਰਹੀ MBBS ਡਾਕਟਰ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਫਰੀਦਕੋਟ ਵਿਖੇ ਆਪਣੇ ਘਰ ਵਿੱਚ ਹੀ ਲਟਕਦੀ ਮਿਲੀ ਡਾਕਟਰ ਦੀ ਲਾਸ਼। ਫਿਲਹਾਲ ਖੁਦਕੁਸ਼ੀ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ, ਪਰ ਕਿਹਾ ਜਾ ਰਿਹਾ ਕਿ ਮ੍ਰਿਤਕ MBBS ਤੋਂ ਬਾਅਦ MD ਦੀ ਤਿਆਰੀ ਕਰ ਰਹੀ ਸੀ, ਜਿਸ ਨੂੰ ਲੈ ਕੇ ਉਹ ਕਾਫੀ ਸਟ੍ਰੈਸ ਵਿੱਚ ਸੀ। ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਚੋਰਾਂ ਨੇ ਇਸ ਕਦਰ ਆਤੰਕ ਫੈਲਾਇਆ ਹੋਇਆ ਕਿ ਹੁਣ ਗਰੀਬ ਪਰਿਵਾਰਾਂ ਨੂੰ ਵੀ ਛੱਡਦੇ ਨਜ਼ਰ ਨਹੀਂ ਆ ਰਹੇ। ਦੇਰ ਰਾਤ ਪੱਠੇ ਤੇ ਕੰਮ ਕਰਨ ਵਾਲੇ ਪਰਿਵਾਰਾਂ ਦੇ ਘਰਾਂ ਦੇ ਵਿੱਚ ਕਰੀਬ 5 ਤੋਂ 7 ਘਰਾਂ ਦੇ ਵਿੱਚ ਮੋਟਰਸਾਈਕਲ ਤੇ ਆਏ 2 ਚੋਰਾਂ ਨੇ ਹੱਥ ਸਾਫ਼ ਕੀਤੇ। ਕਿਸੇ ਘਰੋਂ ਪੈਸੇ ਲੈ ਗਏ ਅਤੇ ਕਿਸੇ ਘਰੋਂ ਮੋਟਰਸਾਈਕਲ ਲੈ ਕੇ ਰਫੂ ਚੱਕਰ ਹੋ ਗਏ। ਲੁਧਿਆਣਾ ਸਿਵਲ ਹਸਪਤਾਲ ਦੇ ਬਾਹਰ ਸ਼ਰਾਬ ਪੀ ਕੇ 2 ਪੱਖ ਆਪਸ ਦੇ ਵਿੱਚ ਭਿੜ ਗਏ, ਜਿਸ ਤੋਂ ਬਾਅਦ ਦੋਵਾਂ ਨੇ ਇੱਕ ਦੂਸਰੇ ਤੇ ਕੁੱਟਮਾਰ ਦੇ ਇਲਜ਼ਾਮ ਲਗਾਏ ਨੇ। ਦੋਵਾਂ ਧਿਰਾਂ ਨੂੰ ਛਡਾਉਣ ਆਏ ਲੋਕਾਂ ਨੇ ਕਿਹਾ ਕਿ ਰੋਜ਼ਾਨਾ ਹੀ ਇੱਥੇ ਨਸ਼ੇ ਦੀ ਹਾਲਤ ਦੇ ਵਿੱਚ ਲੋਕ ਲੜਦੇ ਨੇ, ਜਿਸ ਕਾਰਨ ਕੋਈ ਵੱਡਾ ਨੁਕਸਾਨ ਵੀ ਹੋ ਸਕਦਾ ਹੈ। ਪੁਲਿਸ ਨੂੰ ਇੱਧਰ ਧਿਆਨ ਦੇਣ ਦੀ ਜ਼ਰੂਰਤ ਹੈ। ਲੁਧਿਆਣਾ ਦੇ ਬੱਸ ਸਟੈਂਡ ਦੇ 2 ਬੱਸਾਂ ਦੀ ਲਪੇਟ ਦੇ ਵਿੱਚ ਆਉਣ ਦੇ ਨਾਲ 28 ਸਾਲਾਂ ਦੇ ਰਮੇਸ਼ ਦੀ ਮੌਕੇ 'ਤੇ ਮੌਤ ਹੋ ਗਈ। ਹਾਦਸਾ ਉਸ ਵੇਲੇ ਹੋਇਆ ਜਦੋਂ ਰਮੇਸ਼ ਆਪਣੀ ਨਿੱਜੀ ਬੱਸ ਨੂੰ ਬੈਕ ਕਰਵਾ ਰਿਹਾ ਸੀ। ਇਸ ਦੌਰਾਨ ਪਿੱਛੋਂ ਇੱਕ ਹੋਰ ਬੱਸ ਆ ਗਈ ਅਤੇ ਜਦੋਂ ਤੱਕ ਉਹ ਸੰਭਲਦਾ, ਉਸ ਤੋਂ ਪਹਿਲਾਂ ਹੀ ਦੋਵੇਂ ਬੱਸਾਂ ਦੇ ਵਿਚਕਾਰ ਉਹ ਦਰੜਿਆ ਗਿਆ, ਜਿਸ ਕਾਰਨ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ। ਫਰੀਦਕੋਟ ਦੇ ਹਰਿੰਦਰਾ ਨਗਰ ਦੇ ਵਿੱਚ ਪੁਰਾਣੀਆਂ ਕਾਰਾਂ ਦੀ ਡੀਲਿੰਗ ਕਰਨ ਵਾਲੇ ਕਾਰ ਡੀਲਰ ਕੋਲੋਂ ਕੁਝ ਵਿਅਕਤੀ ਕਾਰ ਦੀ ਟਰਾਈ ਲੈਣ ਆਏ। ਬਹਾਨੇ ਉਸਦੇ ਕਾਰ ਲੈ ਕੇ ਫਰਾਰ ਹੋ ਗਏ, ਜਦਕਿ ਕਾਰ ਦੀ ਟਰਾਈ ਦਵਾਉਣ ਲਈ ਨਾਲ ਗਏ ਡੀਲਰ ਦੀ ਕੁੱਟਮਾਰ ਕਰਕੇ ਉਸਨੂੰ ਰਸਤੇ ਦੇ ਵਿੱਚ ਸੁੱਟ ਗਏ। ਇਸ ਮੌਕੇ ਹੱਥੋਪਾਈ ਦੇ ਵਿੱਚ ਲੁਟੇਰਿਆਂ ਦੀ ਦੇਸੀ ਪਿਸਤੌਲ ਵੀ ਡਿੱਗੀ, ਜੋ ਪੁਲਿਸ ਨੇ ਆਪਣੀ ਕਸਟਡੀ ਵਿੱਚ ਲੈ ਲਈ। ਹੁਸ਼ਿਆਰਪੁਰ ਦੇ ਮੁਕੇਰੀਆਂ ਇਲਾਕੇ 'ਚ ਬੰਦੂਕ ਦੀ ਨੋਕ 'ਤੇ ਮੱਧ ਬਾਜ਼ਾਰ ਦੇ ਗਹਿਣਿਆਂ ਦੀ ਦੁਕਾਨ ਜੋੜਾ ਔਰਨਾਮੈਂਟਸ 'ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਲੁਟੇਰੇ ਦੁਕਾਨ ਤੋਂ ਸੋਨੇ ਅਤੇ ਨਕਦੀ ਸਮੇਤ CCTV ਕੈਮਰੇ ਦਾ DVR ਵੀ ਲੈ ਕੇ ਫਰਾਰ ਹੋ ਗਏ ਨੇ। ਬਾਜ਼ਾਰ ਦੇ ਵਿਚਕਾਰ ਹੋਈ ਇਸ ਲੁੱਟ ਕਾਰਨ ਪੂਰੇ ਮੁਕੇਰੀਆਂ ਸ਼ਹਿਰ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਮੱਧ ਪ੍ਰਦੇਸ਼ ਦੇ ਸਾਗਰ ਅਤੇ ਹਰਦਾ ਜ਼ਿਲ੍ਹੇ ਦੇ ਵਿੱਚ ਚੋਣ ਸਭਾਵਾਂ ਨੂੰ ਸੰਬੋਧਨ ਕਰਨਗੇ ਅਤੇ ਆਪਣੇ ਉਮੀਦਵਾਰਾਂ ਦੇ ਹੱਕ 'ਚ ਪ੍ਰਚਾਰ ਕਰਨਗੇ। ਤਿਹਾੜ ਜੇਲ੍ਹ 'ਚ ਦਿੱਲੀ ਸੀ ਐਮ ਅਰਵਿੰਦ ਕੇਜਰੀਵਾਲ ਨੂੰ ਮਿਲਣ ਪਹੁੰਚੇ ਮੰਤਰੀ ਸੌਰਵ ਭਾਰਦਵਾਜ, ਬਾਹਰ ਆ ਕਿਹਾ ਬਹੁਤ ਮਜ਼ਬੂਤ ਨੇ ਕੇਜਰੀਵਾਲ। ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਰਤੀ ਜਨਤਾ ਪਾਰਟੀ ਤੇ ਤਿੱਖਾ ਹਮਲਾ ਕਰਦੇ ਹੋਏ ਕਿਹਾ ਕਿ ਆਪਣੇ ਆਪ ਨੂੰ ਦੇਸ਼ ਭਗਤ ਕਹਾਉਣ ਵਾਲੇ ਜਾਤੀ ਆਧਾਰਿਤ ਜਨਗਣਨਾ ਦੇ ਖਿਲਾਫ ਖੜੇ ਨੇ, ਜੋ 90% ਲੋਕਾਂ ਲਈ ਇਨਸਾਫ ਯਕੀਨੀ ਬਣਾਉਂਦਾ ਹੈ। ਸੋਨੀਪਤ 'ਚ ਦੋਸਤਾਂ ਨੇ ਆਪਣੇ ਦੋਸਤ ਦਾ ਕਤਲ ਕਰਕੇ ਲਾਸ਼ ਨੂੰ ਦਫਨਾ ਦਿੱਤਾ। ਕਤਲ ਦੇ ਪਿੱਛੇ ਦਾ ਕਾਰਨ ਅਜੇ ਤੱਕ ਸਾਹਮਣੇ ਨਹੀਂ ਆਇਆ। ਦੋਵਾਂ ਨੌਜਵਾਨਾਂ ਤੇ ਦੋਸ਼ ਲਗਾਉਂਦੇ ਹੋਏ ਮ੍ਰਿਤਕ ਦੇ ਭਰਾ ਸੰਜੂ ਨੇ ਦੱਸਿਆ ਕਿ ਮੇਰਾ ਭਰਾ ਸੱਚੀ ਨੇ 22 ਅਪ੍ਰੈਲ ਨੂੰ ਆਪਣੇ ਦੋਸਤਾਂ ਕਮਲ ਅਤੇ ਸੁਭਾਸ਼ ਦੇ ਨਾਲ ਸੈਰ ਕਰਨ ਗਿਆ ਸੀ। ਉਦੋਂ ਤੋਂ ਹੀ ਉਹ ਅਜੇ ਤੱਕ ਘਰ ਨਹੀਂ ਪਰਤਿਆ। ਸ਼ਾਹਜਹਾਨਪੁਰ ਦੇ ਵਿੱਚ ਪਲਟੀ ਟਰੈਕਟਰ ਟਰਾਲੀ, 2 ਲੋਕਾਂ ਦੀ ਮੌਤ, 20 ਹੋਏ ਜ਼ਖਮੀ। ਦੱਸਿਆ ਜਾ ਰਿਹਾ ਹੈ ਕਿ ਟਰੈਕਟਰ ਟਰਾਲੀ 'ਤੇ ਅਮਿਟ ਨਾਂ ਦਾ ਸ਼ਖਸ ਪਿੰਡ ਦੇ ਕੁਝ ਲੋਕਾਂ ਨੂੰ ਮੇਲਾ ਦਿਖਾਉਣ ਲਈ ਲੈ ਕੇ ਜਾ ਰਿਹਾ ਸੀ। ਜਦੋਂ ਵਾਪਸ ਪਰਤਿਆ ਤਾਂ ਰਸਤੇ ਦੇ ਵਿੱਚ ਵੱਡਾ ਹਾਦਸਾ ਉਹਨਾਂ ਦੇ ਨਾਲ ਹੋ ਗਿਆ। ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਅਤੇ ਉਹਨਾਂ ਦੀ ਪਤਨੀ ਸੁਨੇਤਰਾ ਨੂੰ ਵੱਡੀ ਰਾਹਤ ਮਿਲੀ ਹੈ। ਮਹਾਰਾਸ਼ਟਰ ਰਾਜ ਸਹਿਕਾਰੀ ਬੈਂਕ ਘੁਟਾਲੇ ਦੇ ਵਿੱਚ ਆਰਥਿਕ ਅਪਰਾਧ ਸ਼ਾਖਾ ਨੇ ਦੋਵਾਂ ਨੂੰ ਕਲੀਨ ਚਿੱਟ ਦੇ ਦਿੱਤੀ ਹੈ। ਇਸ ਦੇ ਨਾਲ ਹੀ ਉਹਨਾਂ ਦੇ ਭਤੀਜੇ ਰੋਹਿਤ ਪਵਾਰ ਨਾਲ ਜੁੜੀਆਂ ਕੰਪਨੀਆਂ ਨੂੰ ਵੀ ਕਲੀਨ ਚਿੱਟ ਦੇ ਦਿੱਤੀ ਗਈ। ਪਾਨੀਪਤ 'ਚ ਬੜੀ ਸ਼ਰਧਾ ਨਾਲ ਮਨਾਈ ਗਈ ਸ਼੍ਰੀ ਹਨੂੰਮਾਨ ਜਯੰਤੀ। ਵਿਸ਼ਾਲ ਸ਼ੋਭਾ ਯਾਤਰਾ 'ਚ ਵੱਡੀ ਗਿਣਤੀ 'ਚ ਸ਼ਾਮਲ ਹੋਏ ਸ਼ਰਧਾਲੂ। ਦੱਸਦੇ ਕਿ ਸੈਕਟਰ 92 ਦੇ ਵਿੱਚ ਬਿਲਡਰ ਦੀ ਇੱਕ ਸਾਈਟ 'ਤੇ ਬੇਸਮੈਂਟ ਦੀ ਖੁਦਾਈ ਦੌਰਾਨ ਮਿੱਟੀ ਢਹਿਣ ਦੇ ਨਾਲ 3 ਮਜ਼ਦੂਰ ਦੱਬ ਗਏ, ਜਿਨ੍ਹਾਂ ਦੇ ਵਿੱਚ ਇੱਕ ਦੀ ਮੌਤ ਹੋ ਗਈ, ਜਦਕਿ 2 ਸੈਕਟਰ 10 ਦੇ ਵਿੱਚ ਸਿਵਲ ਹਸਪਤਾਲ ਦੇ ਵਿੱਚ ਦਾਖਲ ਨੇ। ਕੰਗਨਾ ਰਣੌਤ ਨੇ ਰਾਜਸਥਾਨ ਦੇ ਪਾਲੀ 'ਚ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ PP ਚੌਧਰੀ ਦੇ ਹੱਕ ਦੇ ਵਿੱਚ ਰੋਡ ਸ਼ੋਅ ਕੀਤਾ, ਜਿਸ ਦੇ ਵਿੱਚ ਭਾਰੀ ਭੀੜ ਇਕੱਠੀ ਹੋਈ ਹੈ। ਕੰਗਨਾ ਰਣੌਤ ਨੇ ਕਰੀਬ 1.5 ਕਿਲੋਮੀਟਰ ਲੰਬਾ ਰੋਡ ਸ਼ੋਅ ਕੀਤਾ। ਦੁਬਈ ਤੋਂ ਬਾਅਦ ਹੁਣ ਚਾਈਨਾ ਦੇ ਵਿੱਚ ਕੁਦਰਤ ਦਾ ਕਹਿਰ ਦਿਖ ਰਿਹਾ ਹੈ। ਚੀਨ ਦੇ ਵਿੱਚ ਹੜ੍ਹਾਂ ਦੀ ਤਬਾਹੀ ਕਾਰਨ ਹਾਹਾਕਾਰ ਮਚੀ ਹੋਈ ਹੈ। ਲੱਖਾਂ ਲੋਕ ਬੇਘਰ ਹੋ ਗਏ ਨੇ, ਜਦਕਿ ਹਜ਼ਾਰਾਂ ਨੂੰ ਰੈਸਕਿਊ ਕੀਤਾ ਜਾ ਰਿਹਾ ਹੈ। ਉੱਥੇ ਇਸ ਆਪਦਾ ਦੌਰਾਨ ਕਈ ਲੋਕ ਲਾਪਤਾ ਦੱਸੇ ਜਾ ਰਹੇ ਨੇ। ਇਸ ਦੇ ਨਾਲ ਹੀ ਕਈ ਇਲਾਕਿਆਂ ਦੇ ਵਿੱਚ ਸਾਰੇ ਵਿਦਿਅਕ ਅਦਾਰਿਆਂ ਨੂੰ ਵੀ ਬੰਦ ਕਰਵਾ ਦਿੱਤਾ ਗਿਆ। ਅਮਰੀਕਾ ਨੇ ਰੂਸ ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਹ ਸੈਟੇਲਾਈਟ ਵਿਰੁੱਧ ਪਰਮਾਣੂ ਹਥਿਆਰ ਵਿਕਸਿਤ ਕਰ ਰਿਹਾ ਹੈ, ਜਿਸ ਨੂੰ ਰੂਸ ਦੇ ਰੱਖਿਆ ਮੰਤਰੀ ਨੇ ਰੱਦ ਕਰ ਦਿੱਤਾ ਸੀ। ਅੱਜ ਹੋਣ ਵਾਲੀ ਬੈਠਕ ਦੇ ਵਿੱਚ ਇਸ ਮੁੱਦੇ ਤੇ ਅਮਰੀਕਾ ਤੇ ਰੂਸ ਆਮੋ ਸਾਹਮਣੇ ਹੋ ਸਕਦੇ ਨੇ। ਕਈ ਮਹੀਨਿਆਂ ਦੇ ਇੰਤਜ਼ਾਰ ਤੋਂ ਬਾਅਦ ਯੂਕਰੇਨ ਇਜ਼ਰਾਈਲ ਸਹਾਇਤਾ ਪੈਕੇਜ ਨੂੰ ਅਮਰੀਕੀ ਸੰਸਦ ਦੇ ਉੱਪਰਲੇ ਸਦਨ ਸੀਨੇਟ ਵਿੱਚ ਮਨਜ਼ੂਰੀ ਦੇ ਦਿੱਤੀ ਗਈ ਹੈ। ਮੰਗਲਵਾਰ ਨੂੰ ਅਮਰੀਕਾ ਦੇ ਉੱਚ ਸਦਨ ਦੇ ਵਿੱਚ 79 ਵਿਧਾਇਕਾਂ ਨੇ ਇਸ ਬਿੱਲ ਤੇ ਪੱਖ ਦੇ ਵਿੱਚ ਵੋਟਿੰਗ ਕੀਤੀ, ਜਦਕਿ 18 ਇਸ ਦੇ ਖਿਲਾਫ਼ ਸਨ। ਵਰਣਨਯੋਗ ਹੈ ਕਿ ਪਿਛਲੇ ਹਫ਼ਤੇ ਇਸ ਬਿੱਲ ਨੂੰ ਅਮਰੀਕੀ ਸੰਸਦ ਦੇ ਹੇਠਲੇ ਸਦਨ ਹਾਊਸ ਆਫ ਰਿਪ੍ਰੈਜੈਂਟੇਟਿਵ ਦੇ ਵਿੱਚ ਪਾਸ ਕੀਤਾ ਗਿਆ ਸੀ।
ਸੰਯੁਕਤ ਰਾਸ਼ਟਰ ਵਿੱਚ ਭਾਰਤ ਦੀ ਸਥਾਈ ਪ੍ਰਤੀਨਿਧੀ ਰੁਚੀਕਾ ਕੰਬੋਸ ਨੇ ਔਰਤਾਂ ਦੀ ਸੁਰੱਖਿਆ ਪ੍ਰਤੀ ਭਾਰਤ ਦੀ ਵਚਨਬੱਧਤਾ ਬਾਰੇ ਗੱਲ ਕੀਤੀ। ਉਹਨਾਂ ਨੇ ਅੰਤਰਰਾਸ਼ਟਰੀ ਸਹਿਯੋਗ, ਰਾਸ਼ਟਰੀ ਨੀਤੀ ਸੁਧਾਰਾਂ ਅਤੇ ਜ਼ਮੀਨੀ ਪਹਿਲਕਦਮੀਆਂ ਪ੍ਰਤੀ ਦੇਸ਼ ਦੇ ਸਮਰਪਣ 'ਤੇ ਜ਼ੋਰ ਦਿੱਤਾ। ਇਹ ਵੀ ਕਿਹਾ ਕਿ ਸਸ਼ਕਤ ਔਰਤਾਂ ਦੀ ਮਹੱਤਵਪੂਰਨ ਭੂਮਿਕਾ ਨੂੰ ਇੱਕ ਤਬਦੀਲੀ ਵਜੋਂ ਮਾਨਤਾ ਦਿੰਦੇ ਹੋਏ ਭਾਰਤ ਸਰਕਾਰ ਨੇ ਹਾਲੇ ਦੇ ਵਿੱਚ ਔਰਤਾਂ ਲਈ ਰਾਸ਼ਟਰੀ ਅਤੇ ਰਾਜ ਵਿਧਾਨ ਸਭਾਵਾਂ ਵਿੱਚ 1-3 ਸੀਟਾਂ ਰਾਖਵੀਆਂ ਕਰਨ ਲਈ ਆਪਣੇ ਸੰਵਿਧਾਨ ਵਿੱਚ ਸੋਧ ਕੀਤੀ ਹੈ। ਮੰਗਲਵਾਰ ਨੂੰ ਇੱਕ ਡਗਲਸ ਸੀ 54 ਜਹਾਜ਼ ਫੇਅਰ ਬੈਂਕਸ ਅਲਾਸਕਾ ਤੋਂ ਉਡਾਣ ਭਰਨ ਤੋਂ ਬਾਅਦ ਇੱਕ ਜੰਮੀ ਹੋਈ ਨਦੀ ਵਿੱਚ ਈਧਨ ਲੈਣ ਜਾ ਰਿਹਾ ਸੀ ਕਿ ਇਸੇ ਦੌਰਾਨ ਉਹ ਜੰਮੀ ਨਦੀ ਦੇ ਵਿੱਚ ਡਿੱਗ ਗਿਆ, ਜਿਸ ਦੇ ਕਾਰਨ ਇੱਕ ਵੱਡਾ ਹਾਦਸਾ ਹੋ ਗਿਆ। ਅਰਬਪਤੀ ਕਾਰੋਬਾਰੀ ਐਲਨ ਮਸਕ ਨੇ ਆਸਟ੍ਰੇਲੀਆਈ ਜੱਜ ਜੈਫਰੀ ਕੈਨੇਡ ਦੇ ਫੈਸਲੇ ਤੋਂ ਬਾਅਦ ਆਸਟ੍ਰੇਲੀਆ 'ਤੇ ਸੈਂਸਰਸ਼ਿਪ ਦਾ ਦੋਸ਼ ਲਗਾਇਆ। ਕੈਨੇਡ ਨੇ ਕਿਹਾ ਕਿ ਐਕਸ ਨੂੰ ਦੁਨੀਆ ਭਰ ਦੇ ਉਪਭੋਗਤਾਵਾਂ ਨੂੰ ਸਿਡਨੀ ਦੇ ਇੱਕ ਚਰਚ ਵਿੱਚ ਇੱਕ ਬਿਸ਼ਪ ਨੂੰ ਚਾਕੂ ਮਾਰੇ ਜਾਣ ਦੀ ਵੀਡੀਓ ਤੱਕ ਪਹੁੰਚਣ ਕਰਨ ਦੀ ਇਜਾਜ਼ਤ ਨਹੀਂ ਦੇਣੀ ਚਾਹੀਦੀ ਸੀ। ਪ੍ਰਧਾਨ ਐਂਥਨੀ ਅਲਬਾਈਨਸ ਨੇ ਵੀ ਮਸਕ ਨੂੰ ਇੱਕ ਹੰਕਾਰੀ ਅਰਬਪਤੀ ਦੱਸਿਆ ਜੋ ਆਪਣੇ ਆਪ ਨੂੰ ਕਾਨੂੰਨ ਤੋਂ ਉੱਪਰ ਸਮਝਦਾ ਹੈ। ਹਾਲੇ ਦੇ ਸਾਲਾਂ ਦੇ ਵਿੱਚ ਵਿਦੇਸ਼ਾਂ ਵਿੱਚ ਭਾਰਤੀ ਵਿਦਿਆਰਥੀਆਂ ਲਈ ਕਈ ਤਰ੍ਹਾਂ ਦੇ ਮੌਕੇ ਖੁੱਲ੍ਹੇ ਨੇ। ਵੀਜ਼ਾ ਸ਼ਰਤਾਂ ਵਿੱਚ ਢਿੱਲ ਹੋਣਾ ਵੀ ਇੱਕ ਕਾਰਨ ਹੈ। ਹੁਣ ਭਾਰਤ ਦੇ ਵਿੱਚ ਆਸਟ੍ਰੇਲੀਆ ਦੇ ਹਾਈ ਕਮਿਸ਼ਨਰ ਫਿਲਿਪ ਗ੍ਰੀਨ ਨੇ ਕਿਹਾ ਕਿ ਉਹ ਅਗਲੇ ਸਾਲ ਉਹਨਾਂ ਦੇ ਦੇਸ਼ ਵਿੱਚ ਹੋਰ ਭਾਰਤੀ ਵਿਦਿਆਰਥੀ ਪੜ੍ਹਨ ਦੀ ਉਮੀਦ ਕਰਦੇ ਹਨ। ਉਹਨਾਂ ਕਿਹਾ ਕਿ ਆਸਟ੍ਰੇਲੀਆ ਦੀਆਂ ਯੂਨੀਵਰਸਿਟੀਆਂ ਵਿੱਚ ਭਾਰਤੀ ਵਿਦਿਆਰਥੀਆਂ ਦੇ ਵੀਜ਼ਾ ਰੱਦ ਹੋਣ ਦੀ ਗਿਣਤੀ ਵਿੱਚ ਵੀ ਵਾਧਾ ਨਹੀਂ ਹੋਇਆ। ਗ੍ਰੀਨ ਨੇ ਜ਼ੋਰ ਦੇ ਕੇ ਕਿਹਾ, ਮੈਂ ਆਪਣੇ ਆਪ ਨੰਬਰਾਂ ਨੂੰ ਦੇਖਿਆ, ਇਸ ਸਾਲ ਨੰਬਰ ਪਿਛਲੇ ਸਾਲ ਵਾਂਗ ਹੀ ਹਨ। ਵਿਦਿਆਰਥੀਆਂ ਦੇ ਅਸਵੀਕਾਰਨ ਵਿੱਚ ਵੀ ਕੋਈ ਵਾਧਾ ਨਹੀਂ ਹੋਇਆ। ਕਸ਼ਮੀਰ ਮੁੱਦੇ ਤੇ ਪਾਕਿਸਤਾਨ ਦਾ ਝੂਠ ਇੱਕ ਵਾਰ ਫਿਰ ਬੇਨਕਾਬ ਹੋ ਗਿਆ। ਦਰਅਸਲ ਈਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਾਇਸੀ ਪਾਕਿਸਤਾਨ ਦੇ 2 ਦਿਨਾਂ ਦੌਰੇ ਤੇ ਨੇ। ਇੱਕ ਸਾਂਝੇ ਪ੍ਰੈਸ ਬਿਆਨ ਦੌਰਾਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਦਾਅਵਾ ਕੀਤਾ ਹੈ ਕਿ ਈਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਾਇਸੀ ਨੇ ਕਸ਼ਮੀਰੀ ਮੁੱਦੇ ਤੇ ਪਾਕਿਸਤਾਨ ਦੇ ਰੁੱਖ ਦਾ ਸਮਰਥਨ ਕੀਤਾ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਮੁਸ਼ਕਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਨੇ। ਨੈਸ਼ਨਲ ਇਨਕੁਆਇਰੀ ਦੇ ਪ੍ਰਕਾਸ਼ਕ ਡੇਵਿਡ ਪੇਕਰ ਨੇ ਸਾਬਕਾ ਅਮਰੀਕੀ ਰਾਸ਼ਟਰਪਤੀ ਦੇ ਖਿਲਾਫ਼ ਗਵਾਹੀ ਦਿੱਤੀ ਹੈ। ਪੇਕਰ ਨੇ ਕਿਹਾ ਕਿ ਉਹ 2016 ਵਿੱਚ ਟਰੰਪ ਦੀ ਰਾਸ਼ਟਰਪਤੀ ਚੋਣ ਵਿੱਚ ਮਦਦ ਕਰਨ ਲਈ ਆਪਣੇ ਲੈਬਲਾਈਡ ਦੀ ਵਰਤੋਂ ਕਰਨ ਲਈ ਇੱਕ ਗੁਪਤ ਸਮਝੌਤੇ 'ਤੇ ਪਹੁੰਚਿਆ ਸੀ। ਪੇਕਰ ਅਪਰਾਧਿਕ ਮਨੀ ਲਾਂਡਰਿੰਗ ਮੁਕੱਦਮੇ ਦਾ ਪਹਿਲਾ ਗਵਾਹ ਹੈ। ਪਾਕਿਸਤਾਨ ਦੇ ਬੈਲਿਸਟਾਨ ਮਿਜ਼ਾਈਲ ਪ੍ਰੋਗਰਾਮ ਦੇ ਸਪਾਇਲਰਾਂ ਅਤੇ ਪਾਬੰਦੀਆਂ ਦੇ ਮਾਮਲੇ ਵਿੱਚ ਅਮਰੀਕਾ ਵਿਦੇਸ਼ ਵਿਭਾਗ ਦੇ ਪ੍ਰਮੁੱਖ ਉਪ ਬੁਲਾਰੇ ਵਿਦਾਂਤ ਪਟੇਲ ਨੇ ਕਿਹਾ ਕਿ ਅਜਿਹੀਆਂ ਸੰਸਥਾਵਾਂ ਵਿਆਪਕ ਤਬਾਹੀ ਅਤੇ ਹਥਿਆਰਾਂ ਅਤੇ ਉਹਨਾਂ ਦੀ ਵੰਡ ਦੇ ਸਾਧਨ ਹਨ, ਇਸ ਲਈ ਇਹਨਾਂ 'ਤੇ ਪਾਬੰਦੀ ਲਗਾਈ ਗਈ ਹੈ। ਸਾਰੀਆਂ ਸੰਸਥਾਵਾਂ ਚੀਨ ਅਤੇ ਬੈਲਾਰੂਸ ਵਿੱਚ ਸਥਿਤ ਹਨ। ਬਾਲੀਵੁੱਡ ਅਦਾਕਾਰ ਕਰੀਨਾ ਕਪੂਰ ਖਾਨ ਸੋਸ਼ਲ ਮੀਡੀਆ ਤੇ ਐਕਟਿਵ ਰਹਿੰਦੀ ਹੈ ਤੇ ਹਾਲ ਹੀ ਚ ਕਰੀਨਾ ਕਪੂਰ ਨੇ ਕੁਝ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸ਼ੇਅਰ ਕੀਤੀਆਂ ਨੇ, ਜਿਸ 'ਚ ਕਰੀਨਾ ਆਪਣੇ ਪੁੱਤਰਾਂ ਨਾਲ ਜੰਗਲ 'ਚ ਨਜ਼ਰ ਆ ਰਹੀ ਹੈ। ਜੀ ਹਾਂ, ਕਰੀਨਾ ਕਪੂਰ ਖਾਨ ਨੇ ਆਪਣੇ ਪੁੱਤਰਾਂ ਨਾਲ ਜੰਗਲ ਦੀ ਗੇੜੀ ਲਗਾਈ ਹੈ, ਜਿਸ ਦੀਆਂ ਤਸਵੀਰਾਂ ਖੁਦ ਕਰੀਨਾ ਕਪੂਰ ਨੇ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਨੇ। ਗੋਵਿੰਦਾ ਦੀ ਭਾਣਜੀ ਆਰਤੀ ਸਿੰਘ ਦੀ ਪ੍ਰੀ ਵੈਡਿੰਗ ਫੰਕਸ਼ਨ ਸ਼ੁਰੂ ਹੋ ਗਏ ਨੇ ਤੇ ਹਲਦੀ ਸਮਾਗਮ ਤੋਂ ਬਾਅਦ ਬੀਤੀ ਰਾਤ ਆਰਤੀ ਦਾ ਸ਼ਾਨਦਾਰ ਸੰਗੀਤ ਸਮਾਰੋਹ ਹੋਇਆ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ। ਸੰਗੀਤ ਸਮਾਰੋਹ 'ਚ ਕਈ ਸਿਤਾਰੇ ਵੀ ਆਏ ਨਜ਼ਰ। ਇਸ ਮੌਕੇ ਆਰਤੀ ਸਿੰਘ ਨੇ ਆਪਣੇ ਮੰਗੇਤਰ ਦੀਪਕ ਨਾਲ ਰੋਮਾਂਟਿਕ ਪੋਜ਼ ਵੀ ਦਿੱਤੇ। ਟੀ
ਟੀਵੀ ਦੀ ਫੇਮਸ ਗਰੂਮਾ ਪ੍ਰਤਿਮਾ ਆਪਣੇ ਆਏ ਦਿਨ ਹੀ ਆਪਣੇ ਫੂਡ ਰੈਸਿਪੀਜ਼ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਬਹੁਤ ਐਕਟੀਵੇਟ ਨੇ ਅਤੇ ਆਏ ਦਿਨ ਹੀ ਗਰੂਮਾ ਪ੍ਰਤਿਮਾ ਆਪਣੇ ਸੋਸ਼ਲ ਮੀਡੀਆ ਪੇਜ 'ਤੇ ਰੋਜ਼ਾਨਾ ਕੋਈ ਨਾ ਕੋਈ ਰੈਸਿਪੀਜ਼ ਅਤੇ ਫਨੀ ਵੀਡੀਓਜ਼ ਪਾਉਂਦੇ ਰਹਿੰਦੇ ਨੇ ਅਤੇ ਇਹਨਾਂ ਦੀਆਂ ਰੈਸਿਪੀਜ਼ ਵੀਡੀਓਜ਼ ਨੂੰ ਫੈਨਸ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ। ਅਭਿਨੇਤਰੀ ਦਿਸ਼ਾ ਪਟਾਨੀ ਨੂੰ ਮੁੰਬਈ ਏਅਰਪੋਰਟ 'ਤੇ ਕੀਤਾ ਗਿਆ ਸਪੋਰਟ। ਇਸ ਮੌਕੇ ਦਿਸ਼ਾ ਨੇ ਵਾਈਟ ਕ੍ਰੋਪ ਟੌਪ ਦੇ ਨਾਲ ਬਲੂ ਜੀਨਸ ਪਹਿਨੀ ਹੋਈ ਸੀ। ਉਸ ਦੌਰਾਨ ਦਿਸ਼ਾ ਨੇ ਪਾਪਰੇਜ਼ੀ ਨੂੰ ਪੋਜ਼ ਵੀ ਦਿੱਤੇ ਅਤੇ ਆਪਣੇ ਫੈਨਸ ਨਾਲ ਤਸਵੀਰਾਂ ਵੀ ਖਿਚਵਾਈਆਂ। ਗੋਵਿੰਦਾ ਦੀ ਭਾਣਜੀ ਆਰਤੀ ਸਿੰਘ ਦੇ ਪ੍ਰੀ ਵੈਡਿੰਗ ਫੰਕਸ਼ਨ ਸ਼ੁਰੂ ਹੋ ਗਏ ਨੇ ਅਤੇ ਬੀਤੀ ਰਾਤ ਆਰਤੀ ਦਾ ਸ਼ਾਨਦਾਰ ਸੰਗੀਤ ਸਮਾਰੋਹ ਹੋਇਆ, ਜਿਸ 'ਚ ਆਰਤੀ ਨੇ ਇੱਕ ਜ਼ਬਰਦਸਤ ਪਰਫਾਰਮੈਂਸ ਦਿੱਤਾ, ਜਿਸ ਨੂੰ ਦੇਖ ਕੇ ਘਰ ਵਾਲੇ ਇਮੋਸ਼ਨਲ ਹੋ ਗਏ। ਆਓ ਦਿਖਾਉਂਦੇ ਹਾਂ ਤੁਹਾਨੂੰ ਇਹ ਤਸਵੀਰਾਂ। 11 ਅਪ੍ਰੈਲ ਨੂੰ ਰਿਲੀਜ਼ ਹੋਈ ਐਕਸ਼ਨ ਫਿਲਮ ਬੜੇ ਮੀਆਂ ਛੋਟੇ ਮੀਆਂ ਪਰਦੇ 'ਤੇ ਤਬਾਹੀ ਮਚਾਉਣ ਵਾਲੀ ਸਾਬਿਤ ਹੋਈ ਸੀ, ਪਰ 350 ਕਰੋੜ ਦੇ ਵੱਡੇ ਬਜਟ ਨਾਲ ਬਣੀ ਇਹ ਫਿਲਮ 2 ਹਫ਼ਤਿਆਂ ਵਿੱਚ ਹੀ ਦਮ ਤੋੜ ਗਈ। ਅਕਸ਼ੇ ਕੁਮਾਰ ਵਰਗੇ ਸੁਪਰਸਟਾਰ ਦੇ ਇਸ ਫਿਲਮ ਦਾ ਹਿੱਸਾ ਬਣਨ ਨਾਲ ਮੇਕਰਸ ਨੂੰ ਭਾਰੀ ਨੁਕਸਾਨ ਝੱਲਣਾ ਪੈ ਰਿਹਾ। ਅਕਸ਼ੇ ਟਾਈਗਰ ਦੀ ਫਿਲਮ 13 ਦਿਨਾਂ 'ਚ ਸਿਰਫ 56.4 ਕਰੋੜ ਕਮਾ ਪਾਈ ਹੈ, 56.4 ਕਰੋੜ ਰੁਪਏ ਕਮਾ ਸਕੀ ਹੈ, ਜਿਸ ਕਾਰਨ ਇਹ ਫਿਲਮ ਸਾਲ ਦੀ ਸਭ ਤੋਂ ਵੱਡੀ ਫਲੋਪ ਫਿਲਮ ਮੰਨੀ ਜਾ ਰਹੀ ਹੈ। ਗੋਵਿੰਦਾ ਦੀ ਭਾਣਜੀ ਆਰਤੀ ਸਿੰਘ ਦੇ ਸੰਗੀਤ ਸਮਾਰੋਹ 'ਚ ਪਹੁੰਚੇ ਅੰਕਿਤਾ ਲੋਖੰਡੇ ਅਤੇ ਵਿੱਕੀ ਜੈਨ। ਇਸ ਮੌਕੇ ਜੋੜੇ ਨੇ ਟਵਿਨਸ ਕੱਪੜੇ ਪਹਿਨੇ ਹੋਏ ਸੀ, ਜਿਸ ਦੋਵੇਂ ਬੇਹੱਦ ਖੂਬਸੂਰਤ ਲੱਗ ਰਹੇ ਸੀ। ਦੱਸ ਦਈਏ ਕਿ ਲੋਖੰਡੇ ਨੇ ਸੰਗੀਤ ਸਮਾਰੋਹ 'ਚ ਬਲੈਕ ਕਲਰ ਦੀ ਸਾੜੀ ਪਹਿਨੀ ਹੋਈ ਸੀ ਅਤੇ ਵਿੱਕੀ ਨੇ ਬਲੈਕ ਪੈਂਟ ਕੋਟ ਪਹਿਨਿਆ ਹੋਇਆ ਸੀ। ਕ੍ਰਿਕਟ ਦੇ ਭਗਵਾਨ ਮੰਨੇ ਜਾਣ ਵਾਲੇ ਸਚਿਨ ਤੇਂਦੁਲਕਰ ਦਾ ਅੱਜ 51ਵਾਂ ਜਨਮ ਦਿਨ ਹੈ। ਦੁਨੀਆ ਭਰ ਦੇ ਕ੍ਰਿਕਟ ਪ੍ਰਸ਼ੰਸਕ ਅੱਜ ਉਹਨਾਂ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਦੇ ਰਹੇ ਨੇ। ਸਾਬਕਾ ਭਾਰਤੀ ਬੱਲੇਬਾਜ਼ ਸਚਿਨ ਨੂੰ ਬਾਲੀਵੁੱਡ ਅਤੇ ਦੱਖਣੀ ਸਿਨੇਮਾ ਦੇ ਵੱਡੇ ਸਿਤਾਰਿਆਂ ਵੱਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਅਤੇ ਪੂਰੀ ਦੁਨੀਆ ਸਚਿਨ ਨੂੰ ਬੇਹੱਦ ਪਿਆਰ ਕਰਦੀ ਹੈ। ਆਰਤੀ ਸਿੰਘ ਦੇ ਸੰਗੀਤ ਸਮਾਰੋਹ 'ਚ ਪਹੁੰਚੀ ਰਸ਼ਮੀ ਦਿਸਾਈ ਆਪਣੇ ਡਰੈਸਿੰਗ ਕਾਰਨ ਇੰਟਰਨੈਟ 'ਤੇ ਟ੍ਰੋਲ ਹੋ ਰਹੀ ਹੈ। ਟ੍ਰੋਲਰਸ ਨੇ ਸੋਸ਼ਲ ਮੀਡੀਆ 'ਤੇ ਉਸਦੀ ਡਰੈਸ ਨੂੰ ਲੈ ਕੇ ਖੂਬ ਟਿੱਪਣੀਆਂ ਕੀਤੀਆਂ ਨੇ। ਰਸ਼ਮੀ ਗੁਲਾਬ ਗੋਲਡ ਰੰਗ ਦੇ ਲਹਿੰਗੇ 'ਚ ਕਾਫੀ ਆਕਰਸ਼ਕ ਲੱਗ ਰਹੀ ਸੀ, ਪਰ ਉਹਨਾਂ ਦੇ ਡਰੈਸਿੰਗ ਕਾਰਨ ਉਹਨਾਂ ਨੂੰ ਟ੍ਰੋਲ ਕੀਤਾ ਜਾ ਰਿਹਾ। ਦੱਸ ਦਈਏ ਲਹਿੰਗੇ ਕਾਰਨ ਅਦਾਕਾਰ ਨੂੰ ਤੁਰੰਤ 'ਚ ਮੁਸ਼ਕਿਲਾਂ ਹੋ ਰਹੀਆਂ ਸੀ। ਉਸਨੇ ਆਪਣੇ ਦੋਹਾਂ ਹੱਥਾਂ ਨਾਲ ਲਹਿੰਗਾ ਫੜਿਆ ਹੋਇਆ ਸੀ, ਜਿਸ ਕਾਰਨ ਰਸ਼ਮੀ ਦਿਸਾਈ ਨੂੰ ਲਗਾਤਾਰ ਟ੍ਰੋਲ ਕੀਤਾ ਜਾ ਰਿਹਾ ਹੈ। ਗਾਇਕ ਰਣਜੀਤ ਬਾਵਾ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 'ਚ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ, ਜਿਸ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ। ਧਰਮਸ਼ਾਲਾ 'ਚ ਹੋਣ ਵਾਲੇ ਮੈਚ ਲਈ ਟਿਕਟਾਂ ਦੀ ਵਿਕਰੀ ਆਨਲਾਈਨ ਸ਼ੁਰੂ। ਅੱਧੇ ਘੰਟੇ ਦੇ ਵਿੱਚ ਹੀ ਵਿਕ ਗਈਆਂ ਸਾਰੀਆਂ ਟਿਕਟਾਂ। ਦੱਸ ਦਈਏ ਕਿ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਧਰਮਸ਼ਾਲਾ ਵਿੱਚ 5 ਮਈ ਨੂੰ ਹੋਣ ਵਾਲੇ 2 IPL ਮੈਚਾਂ ਲਈ ਆਨਲਾਈਨ ਟਿਕਟਾਂ ਦੀ ਵਿਕਰੀ ਸ਼ੁਰੂ ਹੋ ਗਈ ਹੈ। ਮੰਗਲਵਾਰ ਸ਼ਾਮ 6 ਵਜੇ ਸ਼ੁਰੂ ਹੋਈ ਟਿਕਟਾਂ ਸੇਲ ਦੇ ਵਿੱਚ ਸਿਰਫ 7500 ਅਤੇ 10000 ਰੁਪਏ ਦੀਆਂ ਟਿਕਟਾਂ ਹੀ ਉਪਲਬਧ ਸਨ। ਇਸ ਤੋਂ ਬਾਅਦ ਅੱਧੇ ਘੰਟੇ 'ਚ ਵੈਬਸਾਈਟ 'ਤੇ ਸਾਰੀਆਂ ਟਿਕਟਾਂ ਵਿਕ ਗਈਆਂ। ਲਖਨਊ ਸੁਪਰ ਜਾਇੰਟਸ ਦੇ ਆਸਟ੍ਰੇਲੀਅਨ ਆਲ ਰਾਊਂਡਰ ਮਾਰਕਸ ਸਟੋਇਨਿਸ ਦੇ ਬੱਲੇ ਨੇ ਇਕੱਲਿਆਂ ਅਜਿਹਾ ਤੂਫਾਨ ਮਚਾਇਆ ਕਿ ਚੇਨਈ ਸੁਪਰ ਕਿੰਗਸ ਦੇ ਤਜਰਬੇਕਾਰ ਗੇਂਦਬਾਜ਼ੀ ਹਮਲੇ ਨੂੰ ਤਬਾਹ ਕਰ ਦਿੱਤਾ ਗਿਆ। ਸਟੋਇਨਿਸ ਨੇ ਸਿਰਫ 63 ਗੇਂਦਾਂ ਅਤੇ 124 ਦੌੜਾਂ ਦੀ ਅਜੇਤੂ ਪਾਰੀ ਖੇਡੀ ਅਤੇ ਲਖਨਊ ਨੂੰ ਚੇਨਈ ਦੇ ਖਿਲਾਫ ਉਸਦੇ ਘਰੇਲੂ ਮੈਦਾਨ 'ਤੇ 6 ਵਿਕਟਾਂ ਦੀ ਜ਼ਬਰਦਸਤ ਜਿੱਤ ਦਵਾਈ।
ਜੋਸ ਬਟਲਰ ਨੇ ਕੋਲਕਾਤਾ ਨਾਈਟ ਰਾਈਡਰਸ ਖਿਲਾਫ਼ ਤੂਫਾਨੀ ਸੈਂਕੜਾ ਜੜ ਕੇ ਰਾਜਸਥਾਨ ਨੂੰ 2 ਵਿਕਟਾਂ ਨਾਲ ਰੋਮਾਂਚਕ ਜਿੱਤ ਦਵਾਈ। ਬਟਲਰ ਨੇ ਸਿਰਫ 55 ਗੇਂਦਾਂ ਵਿੱਚ ਆਪਣਾ ਸੈਂਕੜਾ ਪੂਰਾ ਕੀਤਾ। IPL ਵਿੱਚ ਬਟਲਰ ਦਾ ਵੀ ਇਹ 7ਵਾਂ ਸੈਂਕੜਾ ਹੈ। ਬਟਲਰ ਨੇ ਮੈਚ ਵਿੱਚ ਫਿਨਿਸ਼ਰ ਦੀ ਭੂਮਿਕਾ ਨਿਭਾਈ ਅਤੇ 60 ਗੇਂਦਾਂ ਵਿੱਚ 107 ਦੌੜਾਂ ਦੀ ਅਜੇਤੂ ਪਾਰੀ ਖੇਡੀ। ਕ੍ਰਿਕਟ ਵਿੱਚ DRS ਯਾਨੀ ਫੈਸਲਾ ਸਮੀਖਿਆ ਪ੍ਰਣਾਲੀ ਹੈ, ਪਰ ਭਾਰਤ ਕ੍ਰਿਕਟ ਦੇ ਇਤਿਹਾਸ ਵਿੱਚ ਇਸ ਨੂੰ ਧੋਨੀ ਸਮੀਖਿਆ ਪ੍ਰਣਾਲੀ ਕਿਹਾ ਜਾਂਦਾ ਹੈ। ਆਪਣੇ ਸਹੀ ਫੈਸਲਿਆਂ ਲਈ ਮਸ਼ਹੂਰ ਧੋਨੀ ਇੱਕ ਵਾਰ ਫਿਰ ਮੈਦਾਨ 'ਤੇ ਨਜ਼ਰ ਆਏ ਅਤੇ ਅੰਪਾਇਰ ਨੂੰ ਆਪਣਾ ਫੈਸਲਾ ਬਦਲਣਾ ਪਿਆ। ਭਾਰਤ ਦੇ ਸਰਵੋਤਮ ਪੁਰਸ਼ ਸੁਕੇਸ਼ ਖਿਡਾਰੀ ਸੌਰਵ ਘੋਸ਼ਾਲ ਨੇ ਪੇਸ਼ੇਵਰ ਸਰਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ, ਪਰ ਉਹ ਆਉਣ ਵਾਲੇ ਕੁਝ ਸਮੇਂ ਲਈ ਬਹੁ ਖੇਡ ਮੁਕਾਬਲਿਆਂ ਵਿੱਚ ਭਾਰਤ ਦੀ ਨੁਮਾਇੰਦਗੀ ਕਰਨਾ ਜਾਰੀ ਰੱਖਣਗੇ। ਗਲੋਬਲ ਬਾਜ਼ਾਰਾਂ ਤੋਂ ਮਿਲੇ ਸਕਾਰਾਤਮਕ ਸੰਕੇਤਾਂ ਕਾਰਨ ਬੁੱਧਵਾਰ ਨੂੰ ਘਰੇਲੂ ਸ਼ੇਅਰ ਬਾਜ਼ਾਰਾਂ ਦੇ ਵਿੱਚ ਕਾਰੋਬਾਰ ਹਰੇ ਨੋਟ 'ਤੇ ਸ਼ੁਰੂ ਹੋਇਆ। ਹਫ਼ਤੇ ਦੇ 3ਜੇ ਕਾਰੋਬਾਰੀ ਦਿਨ ਸ਼ੁਰੂਆਤੀ ਕਾਰੋਬਾਰ ਦੇ ਵਿੱਚ ਸੈਂਸੈਕਸ 152.5 ਅੰਕਾਂ ਦੇ ਵਾਧੇ ਨਾਲ ਕਾਰੋਬਾਰ ਕਰਦਾ ਦੇਖਿਆ ਗਿਆ। ਭਾਰਤ ਅਤੇ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਮੁਕੇਸ਼ ਅੰਬਾਨੀ ਟੈਲੀਕਾਮ ਅਤੇ ਰਿਟੇਲ ਤੋਂ ਬਾਅਦ ਇੱਕ ਹੋਰ ਖੇਤਰ ਵਿੱਚ ਹਲਚਲ ਪੈਦਾ ਕਰਨ ਦੀ ਤਿਆਰੀ ਕਰ ਰਹੇ ਨੇ। ਭਾਰਤ ਅਤੇ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਮੁਕੇਸ਼ ਅੰਬਾਨੀ ਟੈਲੀਕਾਮ ਅਤੇ ਰਿਟੇਲ ਤੋਂ ਬਾਅਦ ਇੱਕ ਹੋਰ ਖੇਤਰ ਵਿੱਚ ਹਲਚਲ ਪੈਦਾ ਕਰਨ ਦੀ ਤਿਆਰੀ ਕਰ ਰਹੇ ਨੇ। ਉਹਨਾਂ ਦੀ ਕੰਪਨੀ ਰਿਲਾਇੰਸ ਇੰਡਸਟਰੀ ਇੱਕ ਨਵੇਂ ਮੇਡ ਇਨ ਇੰਡੀਆ ਬ੍ਰਾਂਡ WYZR ਨਾਲ ਘਰੇਲੂ ਖਪਤਕਾਰ ਇਲੈਕਟ੍ਰੋਨਿਕਸ ਅਤੇ ਘਰੇਲੂ ਉਪਕਰਨਾਂ ਦੇ ਬਾਜ਼ਾਰਾਂ ਦੇ ਵਿੱਚ ਬਹੁਰਾਸ਼ਟਰੀ ਕੰਪਨੀਆਂ ਦੇ ਦਬਦਬੇ ਨੂੰ ਖਤਮ ਕਰਨਾ ਚਾਹੁੰਦੀ ਹੈ। ਗੁੰਮਰਾਹਕੁੰਨ ਇਸ਼ਤਿਹਾਰ ਮਾਮਲੇ ਵਿੱਚ ਸੁਪਰੀਮ ਕੋਰਟ ਵੱਲੋਂ ਸਵਾਲ ਪੁੱਛੇ ਜਾਣ ਤੋਂ ਬਾਅਦ ਪਤੰਜਲੀ ਨੇ ਬੁੱਧਵਾਰ ਨੂੰ ਇੱਕ ਵਾਰ ਫਿਰ ਅਖਬਾਰ ਦੇ ਵਿੱਚ ਮਾਫ਼ੀਨਾਮਾ ਪ੍ਰਕਾਸ਼ਿਤ ਕੀਤਾ। ਇਸ ਵਾਰ ਇਸਦਾ ਆਕਾਰ ਵੀ ਪਹਿਲਾਂ ਨਾਲੋਂ ਵੱਡਾ ਹੈ। ਧਿਆਨਯੋਗ ਹੈ ਕਿ ਪਤੰਜਲੀ ਨੇ ਇੱਕ ਦਿਨ ਪਹਿਲਾਂ ਵੀ ਅਜਿਹਾ ਹੀ ਮਾਫ਼ੀਨਾਮਾ ਪ੍ਰਕਾਸ਼ਿਤ ਕੀਤਾ ਸੀ। ਹਾਲਾਂਕਿ ਸੁਪਰੀਮ ਕੋਰਟ ਨੇ ਇਸ ਬਾਰੇ ਜਾਣਕਾਰੀ ਮੰਗਦੇ ਹੋਏ ਪਤੰਜਲੀ ਤੋਂ ਪੁੱਛਿਆ ਸੀ ਕਿ ਇਸ ਦੀ ਮੁਆਫ਼ੀ ਇਸ ਦੇ ਇਸ਼ਤਿਹਾਰਾਂ ਜਿੰਨੀ ਵੱਡੀ ਹੈ। ਹੁਣ ਕਿਸੇ ਵੀ ਤਰ੍ਹਾਂ ਦੇ ਵਾਹਨ ਵਿੱਚ ਸਫ਼ੇਦ LED ਹੈੱਡਲਾਈਟਾਂ ਲਗਾਉਣ 'ਤੇ ਪਾਬੰਦੀ ਲਗਾਈ ਜਾ ਰਹੀ ਹੈ। ਨਾਲ ਹੀ ਅਜਿਹਾ ਕਰਨ 'ਤੇ ਡਰਾਈਵਰ ਨੂੰ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ। ਅਹਿਮਦਾਬਾਦ RTO ਨੇ ਗੈਰ ਕਾਨੂੰਨੀ ਤੌਰ 'ਤੇ ਸਫ਼ੇਦ LED ਹੈੱਡਲਾਈਟਾਂ ਲਗਾਉਣ ਵਾਲੇ ਵਾਹਨ ਮਾਲਕਾਂ ਖਿਲਾਫ਼ ਇਹ ਮੁਹਿੰਮ ਸ਼ੁਰੂ ਕੀਤੀ ਹੈ। IPO ਦੇ ਵਿੱਚ ਨਿਵੇਸ਼ ਕਰਨ ਵਾਲਿਆਂ ਲਈ ਇਹ ਹਫ਼ਤਾ ਇੱਕ ਵਧੀਆ ਹਫ਼ਤਾ ਹੋਣ ਵਾਲਾ ਹੈ। ਇਸ ਹਫ਼ਤੇ 4 ਕੰਪਨੀਆਂ ਦੇ IPO ਖੁੱਲ੍ਹਣ ਜਾ ਰਹੇ ਨੇ। ਇਹਨਾਂ ਦੇ ਵਿੱਚ ਨਿਵੇਸ਼ ਕਰਕੇ ਤੁਸੀਂ ਚੰਗੀ ਆਮਦਨ ਕਮਾ ਸਕਦੇ ਹੋ। ਇਸ ਹਫ਼ਤੇ ਮੈਨਬੋਰਡ ਸੈਗਮੈਂਟ ਵਿੱਚ ਇੱਕ IPO ਅਤੇ SME ਹਿੱਸੇ ਵਿੱਚ 3 ਖੁੱਲ੍ਹਣ ਜਾ ਰਹੇ ਨੇ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ TV, YouTube, Facebook, Instagram, X और WhatsApp चैनल पर।